नमस्कार सत श्री अकाल दोस्तों, तुहाडा स्वागत है लॉट फंड चैनल की इस वीडियो दे विच। जिवें कि तुसीं जानते हो कि पिछला काफ़ी समय मैं ज़्यादा वीडियो अपलोड नहीं कर पाया क्योंकि मैं पिछला काफ़ी समा कुछ बिजी भी सी। तो हुण अप्रोक्सीमेटली रोज़ ही जो भी रिक्रूटमेंट नवीं निकलदियां या किसी भी तरह की कोई नोटिफिकेशन है या अपने पंजाबी कल्चर नाल रिलेटिड या नवे सॉफ्टवेयर जो भी मैं डिवेलप करांगा उन्हां दे रिकॉर्डिंग डेली एक अद्धी वीडियो तुहाडे लई जरूर पेश करन दी कोशिश करांगा। ਤਾਂ ਜਿਹੜੀ ਅੱਜ ਦੀ ਵੀਡੀਓ ਇਹ ਰਿਕਰੂਟਮੈਂਟ ਦੇ ਰਿਗਾਰਡਿੰਗ ਹੈ। ਤਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਇੱਕ ਵੈਬਸਾਈਟ ਬਣਾਈ ਹੋਈ ਜਿਸ ਦਾ ਨਾਮ ਮਿਸ਼ਨ ਸਰਕਾਰੀ ਹੈ, ਅਤੇ ਜੇਕਰ ਤੁਸੀਂ ਟਾਈਪਿੰਗ ਦੀ ਪ੍ਰੈਕਟਿਸ ਕਰਨੀ ਉਹਦੇ ਲਈ ਵੀ ਇੱਕ ਵੈਬਸਾਈਟ ਜੋ ਮੇਰੀ ਟਾਈਪਿੰਗ ਡੋਟ ਮਿਸ਼ਨ ਸਰਕਾਰੀ ਹੈ, ਉੱਥੇ ਤੁਸੀਂ ਪੰਜਾਬੀ ਅਤੇ ਇੰਗਲਿਸ਼ ਦੀ ਦੋਨਾਂ ਦੀ ਟਾਈਪਿੰਗ ਕਰ ਸਕਦੇ ਹੋ। ਤਾਂ ਹੁਣ ਗੱਲ ਕਰਦੇ ਹਾਂ ਅੱਜ ਦੀ ਰਿਕਰੂਟਮੈਂਟ ਬਾਰੇ। ਇਹ ਜੋ ਰਿਕਰੂਟਮੈਂਟ ਹੈ ਇਹ ਆਰਮੀ ਪਬਲਿਕ ਸਕੂਲ ਫਰੀਦਕੋਟ ਦੀ ਹੈ। ਇਹ ਟੋਟਲੀ ਕੰਟਰੈਕਟ ਬੇਸਿਸ ਰਿਕਰੂਟਮੈਂਟ ਹੈ। ਇਸ ਦੇ ਵਿੱਚ ਅਪਰੋਕਸੀਮੇਟਲੀ 23 ਪਲੱਸ ਪੋਸਟ ਨੇ ਅਲੱਗ ਅਲੱਗ ਤਰ੍ਹਾਂ ਦੀਆਂ, ਜਿਸ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਪੋਸਟਾਂ ਨੇ ਉਹ ਟੀਚਰਸ ਦੀਆਂ ਨੇ। ਜਿਵੇਂ ਤੁਸੀਂ ਦੇਖ ਹੀ ਰਹੋ ਟੀਚਰ ਦੀਆਂ ਨੇ ਅਲੱਗ ਅਲੱਗ ਸਬਜੈਕਟ 'ਤੇ, ਇੰਗਲਿਸ਼, ਮੈਥ, ਸਾਇੰਸ। ਤਾਂ ਇਹਨਾਂ ਦੀ ਇਸ ਸਾਈਟ 'ਤੇ ਸੈਲਰੀ ਹੈ। ਇਸੇ ਤਰ੍ਹਾਂ ਹੀ PRT ਟੀਚਰਸ ਨੇ, ਠੀਕ ਹੈ, ਲੈਬ ਟੈਕਨੀਸ਼ੀਅਨ, ਸਪੋਰਟ ਟੀਚਰ, ਸਪੈਸ਼ਲ ਐਜੂਕੇਟਰ, ਨਰਸ, ਸਾਇੰਸ ਲੈਬ ਅਟੈਂਡੈਂਟ, ਹੈੱਡ ਕਲਰਕ, ਅਕਾਊਂਟੈਂਟ, ਮਾਲੀ, NPN ਵਗੈਰਾ ਦੀਆਂ ਸਾਰੀਆਂ ਪੋਸਟਾਂ ਤੁਸੀਂ ਇਹ ਪੂਰੀ ਨੋਟੀਫਿਕੇਸ਼ਨ ਦੇਖ ਸਕਦੇ ਹੋ। ਇਹਦਾ ਜਿਹੜਾ ਲਿੰਕ ਹੈ ਮੈਂ ਤੁਹਾਨੂੰ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਖ ਦੇਵਾਂਗਾ। ਤਾਂ ਇਹਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਹੈ ਕਿ ਸਕੂਲ ਦੇ ਵਿੱਚ ਜਾਣਾ ਪਏਗਾ, ਆਰਮੀ ਪਬਲਿਕ ਸਕੂਲ ਫਰੀਦਕੋਟ ਜਾਣਾ ਪਏਗਾ, ਠੀਕ ਹੈ। ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ, ਜਿਹੜਾ ਉੱਥੇ ਆਫਿਸ ਹੈ ਉੱਥੇ ਜਾ ਕੇ ਤੁਹਾਨੂੰ ਇੱਕ ਫੋਰਮ ਮਿਲੇਗਾ। ਤੁਸੀਂ 100 ਰੁਪਇਆ ਦਿਓਗੇ ਤਾਂ ਤੁਹਾਨੂੰ ਇੱਕ ਫੋਰਮ ਮਿਲੇਗਾ, ਉਹ ਫੋਰਮ ਫਿਲ ਕਰਕੇ ਤੁਹਾਨੂੰ ਦੇਣਾ ਪਏਗਾ। ਉਹ ਫੋਰਮ ਸਿਰਫ ਤੁਹਾਨੂੰ ਉੱਥੋਂ ਆਫਿਸ ਤੋਂ ਮਿਲੇਗਾ, ਤੁਹਾਨੂੰ ਹੋਰ ਕਿਸੇ ਜਗ੍ਹਾ ਤੋਂ ਨਹੀਂ ਮਿਲ ਸਕਦਾ, ਨਾ ਹੀ ਔਨਲਾਈਨ ਇਹ ਅਵੇਲੇਬਲ ਹੈਗਾ। ਤਾਂ ਉੱਥੇ ਜਾ ਕੇ ਤੁਸੀਂ 100 ਰੁਪਏ ਪੇਮੈਂਟ ਕਰਨੀ ਹੈ ਅਤੇ ਤੁਹਾਨੂੰ ਉਹ ਫੋਰਮ ਮਿਲ ਜਾਏਗਾ। ਜਿਹੜੀ ਲਾਸਟ ਡੇਟ ਹੈ ਇਹਨੂੰ ਅਪਲਾਈ ਕਰਨ ਦੀ ਉਹ ਹੈ 25/2, ਯਾਨੀ ਕਿ 25 ਫੈਬ ਹੈ। 25 ਫੈਬ ਤੋਂ ਪਹਿਲਾਂ ਯਾਨੀ ਕਿ ਤੁਸੀਂ ਵਰਕਿੰਗ ਆਵਰ ਦੇ ਵਿੱਚ ਜਾ ਕੇ 25 ਤਰੀਕ ਤੱਕ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ, ਕਿਉਂਕਿ ਜੋ ਸਕੂਲਿੰਗ ਟਾਈਮ ਤੋਂ ਤੁਸੀਂ ਬਾਹਰ ਜਾਓਗੇ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ। ਨੈਕਸਟ ਕਰਦੇ ਹਾਂ ਕੁਆਲੀਫਿਕੇਸ਼ਨ। ਜੋ ਮੇਨ ਟੀਚਰਸ ਦੇ ਲਈ ਕੁਆਲੀਫਿਕੇਸ਼ਨ ਆ ਉਹ CB, CSB ਜਾਂ CTET ਐਂਡ PTET ਹੈ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਫੋਰਮ ਫਿਲ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਸ਼ਚਨ ਪੁੱਛਣਾ ਚਾਹੁੰਦੇ ਹੋ ਇਹਨਾਂ ਦੇ ਰਿਗਾਰਡਿੰਗ, ਤਾਂ ਜੋ ਆਰਮੀ ਸਕੂਲ ਆ ਉਹਨਾਂ ਨੇ ਆਪਣਾ ਹੈਲਪਲਾਈਨ ਨੰਬਰ ਦਿੱਤਾ ਹੈ 9646820924। ਤਾਂ ਤੁਸੀਂ ਇਸ ਫੋਨ ਨੰਬਰ 'ਤੇ ਗੱਲ ਕਰਕੇ ਵੀ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਤਾਂ ਨੋਟੀਫਿਕੇਸ਼ਨ ਜੋ ਆਈ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਨੋਟੀਫਿਕੇਸ਼ਨ ਹੈ, ਤੁਸੀਂ ਦੇਖ ਹੀ ਰਹੇ ਹੋ, ਠੀਕ ਹੈ। ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਚਾਹੁੰਦੇ ਹੋ ਕਿ ਮੈਂ ਫਿਊਚਰ ਦੇ ਵਿੱਚ ਅਪਲੋਡ ਕਰਾਂਗਾ, ਤਾਂ ਤੁਸੀਂ ਕਿਰਪਾ ਕਰਕੇ ਮੈਨੂੰ ਉਹਦੇ ਬਾਰੇ ਕਮੈਂਟ ਜ਼ਰੂਰ ਕਰਨਾ। ਜਿੰਨਾ ਤੁਸੀਂ ਵੀਡੀਓਸ ਨੂੰ ਪਿਆਰ ਦਿਓਗੇ ਉਨੀਆਂ ਹੀ ਮੈਂ ਵੱਧ ਤੋਂ ਵੱਧ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗਾ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੈਬਸਾਈਟ ਜੋ ਹੈ ਉਹਨੂੰ ਵੀ ਪਿਆਰ ਦੇਣਾ। ਧੰਨਵਾਦ।